ਅੱਤਵਾਦੀ ਜਿਹੜੇ ਇਹ ਗੱਲ ਕਹਿੰਦੇ ਆ ਵੀ ਸਾਨੂੰ ਹਿੰਦੁਸਤਾਨ 'ਚ ਇੰਡੀਆ ਦੇ ਵਿੱਚ, ਉਹ ਅੱਜ ਦੇ ਨਹੀਂ ਕਹਿ ਰਹੇ, ਉਹ ਤਾਂ ਦੇਸ਼ ਦੇ ਮਤਲਬ 20-30 ਸਾਲ ਦੇ ਹੀ ਕਹਿ ਰਹੇ ਆ। ਪਰ ਹਾਂ, ਰਾਹੁਲ ਗਾਂਧੀ ਨੇ ਉਹਨਾਂ ਦੀ ਹਾਂ 'ਚ ਹਾਂ ਪੂਰੀ ਰਲਾਤੀ ਆ, ਇਹ 'ਚ ਕੋਈ ਵੀ ਦੋ ਸ਼ਬਦ ਨਹੀਂ। ਅੱਜ ਰਾਹੁਲ ਗਾਂਧੀ ਦੇ ਪੰਨੂ 'ਚ ਕੋਈ ਫਰਕ ਨਹੀਂ ਗਾ, ਕਿਉਂ? ਕਿਉਂਕਿ ਅੱਗੇ ਉੱਥੋਂ ਫੰਡ ਲੈਣਾ ਚਾਹੁੰਦਾ ਹੈ, ਪੈਸਾ ਧੇਲਾ ਹੈ ਨਹੀਂ ਗਾ। ਅਤੇ ਇਹੀ ਲੋਕ ਸਭ ਤੋਂ ਵੱਧ ਰਾਹੁਲ ਗਾਂਧੀ ਦਾ ਵਿਰੋਧ ਕਰਦੇ ਸੀ। ਰਾਹੁਲ ਗਾਂਧੀ ਤਾਂ ਮਤਲਬ ਉਹਨੂੰ ਉਹਨੂੰ ਹੁਣ ਪੰਜਾਬ ਨਾਲ ਪਿਆਰ ਨਹੀਂ ਗਾ, ਉਹ ਸਿੱਖਾਂ ਨੂੰ ਜਾਣ ਬੁੱਝ ਕੇ ਵੀ ਇਹਨਾਂ 'ਤੇ ਅੱਗ ਲਾਓ, ਸਿੱਖਾਂ ਨੂੰ ਦੁਬਾਰਾ ਅੱਤਵਾਦੀ ਬਣਾਓ, ਸਿੱਖਾਂ ਨੂੰ ਦੁਬਾਰਾ ਦੇਸ਼ ਦੇ ਉਲਟ ਲੜਾਉਣ ਦੀ ਗੱਲ ਕਰੋ, ਇਹ ਸਿੱਧੇ ਨੇ, ਇਹ ਭਾਵੁਕ ਨੇ, ਇਹਨਾਂ ਨੇ ਕਿਸੇ ਨਾ ਕਿਸੇ ਗੱਲ 'ਚ ਆ ਕੇ ਲੜ ਜਾਣਾ ਹੈ। ਆਪਾਂ ਮੋਦੀ ਦੇ ਪਿੱਛੋਂ ਰਾਜਭਾਗ ਸਾਂਭਣ ਦੀਆਂ ਪਿੱਛੋਂ ਚਾਲਾਂ ਬਣਾਈਏ, ਆਹ ਚਾਲ ਆ ਉਹਦੀ ਵੀ, ਜਿਹੜੇ ਸਿੱਖ ਨੇ ਹਮੇਸ਼ਾ ਜਾਂ ਪੰਜਾਬੀ ਨੇ ਉਹ ਮੂਹਰੇ ਹੋ ਕੇ ਲੜੇ ਨੇ, ਇਹ ਅੱਗ ਲਾਉਣ ਦੀ ਕੋਸ਼ਿਸ਼ ਕਰਦਾ ਵੀ ਇਹਨਾਂ ਨੂੰ ਆਪਸ ਵਿੱਚ ਲੜਾਈਏ ਮਰਾਈਏ ਜਿਵੇਂ ਪਹਿਲਾਂ। ਇਹਨਾਂ ਨੇ ਹੀ ਜਦੋਂ ਮੇਰੇ ਸਰਦਾਰ ਬੇਅੰਤ ਸਿੰਘ ਜੀ ਦਾਦਾ ਜੀ ਨੇ ਅਮਨ ਸ਼ਾਂਤੀ ਕੀਤੀ, ਇਹਨਾਂ ਨੇ ਹੀ ਅੱਗ ਲਾਈ ਸੀ ਪੰਜਾਬ 'ਚ ਉਦੋਂ, ਜਿਹੜਾ 80 ਤੋਂ ਲੈ ਕੇ 92 ਤੱਕ ਬਲਿਆ ਪੰਜਾਬ, ਉਹ ਬਾਲਣ ਵਾਲਾ ਕੌਣ ਸੀ? ਇਹੀ ਗਾਂਧੀ ਪਰਿਵਾਰ। ਉਹੀ ਗਾਂਧੀ ਪਰਿਵਾਰ ਹੁਣ ਫਿਰ ਸਿੱਖਾਂ ਤੋਂ ਅੱਗ ਲਵਾ ਕੇ ਸਾਨੂੰ ਮਰਾਉਣਾ ਚਾਹੁੰਦਾ ਹੈ। ਨਹੀਂ, ਚਲੋ ਉਹ ਤਾਂ ਅਲੱਗ ਗੱਲ ਆ, ਇਹ ਪੱਪੂ ਦਾ ਇੰਪੈਕਟ ਕੀ ਪੈਣਾ ਹੈ? ਖਰੇ ਇਹ ਤਾਂ ਲੋਕ ਇਹਨੂੰ ਸਾਰਾ ਸਮਝਦੇ ਆ, ਜਿਹੜਾ ਤੀਜੀ ਵਾਰ ਆ ਮਤਲਬ 99 ਤੱਕ ਇਹ ਪਹੁੰਚਿਆ ਹੈ ਸਾਰਾ। ਨਹੀਂ, ਤੁਸੀਂ ਆਪ ਦੇਖੋ ਸਰਕਾਰਾਂ, ਲੋਕ 5 ਸਾਲ 10 ਸਾਲ ਬਾਅਦ ਚੇਂਜ ਦੀ ਗੱਲ ਆਉਂਦੀ ਆ, ਪਰ ਤੀਜੀ ਵਾਰ ਮੋਦੀ ਸਾਹਿਬ ਨੂੰ ਬਣਾਤਾ, ਇਹਦਾ ਮਤਲਬ ਕਿਤੇ ਇੰਪੈਕਟ ਹੈ ਹੀ ਨਹੀਂ ਗਾ। ਅੱਜ ਮੈਂ ਸਮਝਦਾ ਉਹ 'ਚ ਕੋਈ ਸ਼ੱਕ ਨਹੀਂ, ਅੱਜ ਉਹ ਆਪੋਜੀਸ਼ਨ ਲੀਡਰ ਬਣ ਗਿਆ, ਕਿਉਂਕਿ ਜੇ ਇਹਨਾਂ ਦੀਆਂ 3 ਵਾਰ ਦੀਆਂ ਬਣਾ ਲਓ ਤਾਂ ਇਹ 200 ਨਹੀਂ ਟੱਪਦੇ। ਇਸ ਕਰਕੇ ਇਹਨਾਂ ਦਾ ਕੋਈ ਦੀਨ ਮਜ਼ਹਬ ਹੈ? 4 ਦਿਨ ਪਹਿਲਾਂ ਕਹਿੰਦੇ ਸੀ ਆਮ ਆਦਮੀ ਨਾਲ ਅਸੀਂ ਸਮਝੌਤਾ ਕਰਨਾ, ਫਿਰ ਕਰ ਲਿਆ, ਫਿਰ ਹੁਣ 2 ਦਿਨ ਪਹਿਲਾਂ ਫਿਰ ਕਹਿੰਦੇ ਅਸੀਂ ਹਰਿਆਣੇ 'ਚ ਕਰਨਾ, ਉਹ ਕਹਿ ਕੇ ਜਹਾਜ਼ ਚੜ੍ਹ ਗਿਆ, ਪਿੱਛੋਂ 1-2 ਦੀਆਂ ਸੀਟਾਂ ਅਨਾਊਂਸ ਕਰੀ ਜਾਂਦੇ ਆ। ਇਹਨਾਂ ਦਾ ਕੋਈ ਮਤਲਬ ਕਿਤੇ ਵੀ ਕੋਈ ਸਟੈਂਡ ਨਹੀਂ ਗਾ, ਸਿਰਫ ਇਹ ਕਾਲਾ ਹੋਇਆ ਪਿਆ ਵੀ ਕਦ ਮੈਂ ਜਾ ਕੇ ਕੁਰਸੀ 'ਤੇ ਬਹਿ ਜਾਵਾਂ, ਬਸ ਹੋਰ ਉਹਦੀ ਕੋਈ ਨਹੀਂ। ਉਹ ਕਾਲਾਪਣ, ਉਹ ਅੱਜ ਵੀ ਉਹਦੀ ਦੁਖਦੀ ਆ, ਰੋਈ ਜਾਂਦਾ ਮਤਲਬ ਹੁਣ ਚੀਕਾਂ ਹੀ ਨਹੀਂ ਮਾਰਦਾ। ਨਹੀਂ, ਹੁਣ ਬਾਹਰਲੇ ਮੁਲਕਾਂ 'ਚ ਜਾ ਕੇ ਵੀ ਇਹਨੂੰ ਇੰਟਰਨੈਸ਼ਨਲ ਲੈਵਲ 'ਤੇ ਇਹਨੂੰ ਪ੍ਰਸਿੱਧੀ ਮਿਲ ਜਾਂਦੀ ਆ, ਉੱਥੇ ਜਾ ਕੇ ਕਈ ਜਗ੍ਹਾ ਇਹਦੀ ਖਬਰ ਛਪ ਜਾਂਦੀ ਆ, ਉਨੀ ਗੱਲ ਆ, ਹੋਰ ਤਾਂ ਉਹਦੀ ਕੋਈ ਗੱਲ ਹੈ ਨਹੀਂ ਕਿ ਮੈਨੂੰ ਦੱਸੋ।